ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਦੇਸੀ ਘਿਓ ਖਾਣ ਦਾ ਕੀ ਲਾਹਾ ਹੈ? ਇਹ ਅੱਜ ਤੱਕ ਮੈਂ ਸਮਝਦਾ ਬਹੁਤ ਬਦਕਿਸਮਤ ਮੌਤਾਂ ਹੋਈਆਂ ਜਿਹਨਾਂ ਘਿਓ ਨਹੀਂ ਖਾਧਾ। ਇੱਕ ਦੋ ਗੁਰੂ ਪ੍ਰਸਾਦ ਸਾਹਿਬ ਸ਼ਮਸ਼ੇਰ ਸਿੰਘ ਬਜਾਜ ਸੀ, ਚੀਫ ਇੰਜੀਨੀਅਰ ਰਿਟਾਇਰ ਬਿਜਲੀ ਬੋਰਡ 'ਚੋਂ, ਘਿਓ ਨਹੀਂ ਸੀ ਖਾਂਦੇ, ਪੂਰੇ ਹੋ ਗਏ। ਇਹਦੇ ਨਾਲ ਸਰਦਾਰ ਜਗਤਾਰ ਸਿੰਘ ਭੰਵਰਾ ਸੀ, ਉਹ ਨਹੀਂ ਸੀ ਘਿਓ ਖਾਂਦੇ, ਕਦੀ ਟੱਚ ਨਹੀਂ ਸੀ ਕੀਤਾ, ਉਹ ਵੀ ਪੂਰੇ ਹੋ ਗਏ। ਇੱਦਾਂ ਕਈ ਬੰਦੇ ਮੈਂ ਦੇਖਦੇ ਜਿਹਨਾਂ ਘਿਓ ਨਾ ਖਾਣ ਦਾ ਕਰਕੇ ਜਲਦੀ ਮੌਤ ਹੋਈ ਹੈ। ਬੜੀ ਤਕਲੀਫ ਹੁੰਦੀ ਇਸ ਗੱਲ ਦੀ ਕਿ ਉਹ ਘਿਓ ਖਾਣ ਦੇ ਜਿੰਨੇ ਫਾਇਦੇ ਆ ਉਹ ਦੁਨੀਆ ਨੂੰ ਪਤਾ ਨਹੀਂ। ਇਸ ਕਰਕੇ ਮੈਂ ਆਪਣੇ ਵੀਰ ਅੰਮ੍ਰਿਤਪਾਲ ਨੂੰ ਕਿਹਾ ਸੀ ਕਿ ਅਸੀਂ ਘਿਓ ਬਾਰੇ ਇਹ ਟੋਪਿਕ ਜੋ ਬਹੁਤ ਹੀ ਜ਼ਰੂਰੀ ਹੈ, ਜੇ ਸਾਡੇ ਕੋਲ ਸਬੂਤ ਹਨ, ਇੱਕ ਤੁਹਾਡਾ ਮੂੰਹ ਜ਼ਬਾਨੀ ਗੱਲ ਕਰਨੀ, ਸਾਡੇ ਕੋਲ ਸਬੂਤ ਹਨ, ਜਿਹਨੂੰ ਆਰਾਮ ਆਇਆ ਉਹਨਾਂ ਦਾ ਪਤਾ ਵੀ ਹੈ, ਸਭ ਕੁਛ ਹੀ ਹੈ, ਤਾਂ ਮੈਂ ਸਮਝ ਲਓ ਗੁਰੂ ਪਿਆਰਿਓ ਸਾਰੀ ਦੁਨੀਆ 'ਚ ਇਸ ਬਾਰੇ ਪ੍ਰਚਾਰ ਵੀ ਕੀਤਾ ਹੈ ਅਤੇ ਸਾਰੀ ਦੁਨੀਆ ਨੂੰ ਆਰਾਮ ਵੀ ਮਿਲਿਆ। ਮੈਨੂੰ ਇਸ ਗੱਲ ਦੀ ਖੁਸ਼ੀ ਆ। ਇਸ ਕਰਕੇ ਮੈਂ ਸਮਝਦਾ ਜੋ ਜਿਹੜੀ ਗੱਲ ਸਾਰੀ ਦੁਨੀਆ ਨੇ ਨਹੀਂ ਕਰਨੀ ਉਸ ਬਾਰੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ। ਇੱਕ ਸਭ ਤੋਂ ਵੱਡੀ ਗੱਲ ਸਾਡੇ ਸਿੱਖਾਂ ਵਾਸਤੇ ਬਹੁਤ ਵੱਡੀ ਗੱਲ ਸੀ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਘਿਓ ਦਾ ਨੁਕਸਾਨ ਹੁੰਦਾ ਇਹ ਦੇਗ ਬਣਾਉਣ ਵਾਸਤੇ ਨਹੀਂ ਸੀ ਕਹਿਣਾ। ਅਤੇ ਬਹੁਤ ਵੱਡੀ ਗੱਲ ਹੈ ਕਿ ਜਿਹਦਾ ਨੁਕਸਾਨ ਹੈ ਉਹ ਸਿਗਰਟ ਅੱਜ ਦੁਨੀਆ ਦੀ ਮਨਾਹੀ ਹੋ ਗਈ ਹੈ। ਅਤੇ ਗੁਰੂ ਸਾਹਿਬ ਨੇ ਪਹਿਲੇ ਕਹਿਤਾ ਸੀ ਵੀ ਇਹ ਬਹੁਤ ਵੱਡਾ ਬਜਰ ਕੁਰਹਿਤ ਹੈ ਸਮੋਕ ਕਰਨਾ। ਇਸੇ ਤਰ੍ਹਾਂ ਹੀ ਜੇ ਦੇਸੀ ਘਿਓ ਬਾਰੇ ਬਹੁਤ ਹੀ ਫਾਇਦੇ ਹਨ, ਇਹਦੇ ਤੁਸੀਂ ਫਾਇਦੇ ਗਿਣ ਨਹੀਂ ਸਕਦੇ। ਜੇ ਮੈਂ ਡਾਕਟਰ ਤਰਫ ਦੱਸਣਾ ਹੋਵੇ ਤੁਹਾਨੂੰ, ਸਿਰ ਤੋਂ ਲੈ ਕੇ ਪੈਰਾਂ ਤੱਕ ਦਿਮਾਗ ਦੇ ਜਿੰਨੀਆਂ ਪ੍ਰੋਬਲਮਸ ਹੁੰਦੀਆਂ 50% ਵਿੱਚ ਘਿਓ ਦਾ ਰੋਲ ਹੁੰਦਾ, ਕੋਲੈਸਟਰੋਲ ਦਾ ਰੋਲ ਹੁੰਦਾ। ਇਹ ਨੈਚੁਰਲ ਜਿਹੜੀ ਫੈਟ ਹੁੰਦੀ ਆ ਇਹਦਾ ਬਹੁਤ ਫਾਇਦਾ ਹੁੰਦਾ, ਜਿੰਨੇ ਤੁਹਾਡੇ ਬ੍ਰੇਨ ਦੇ ਫੰਕਸ਼ਨ ਹੈ, ਆਈਸਾਈਟ ਹੈ, ਹੀਅਰਿੰਗ ਹੈ, ਸਪੀਚ ਹੈ, ਸੁਣਨਾ ਬੋਲਣਾ, ਇਹ ਸਾਰੇ ਹੀ ਦਿਮਾਗ ਦੇ ਫੰਕਸ਼ਨ ਦੇ ਵਿੱਚ ਘਿਓ ਦਾ 50% ਰੋਲ ਹੈ। ਖਾਓਗੇ ਤਾਂ ਬੁਢਾਪਾ ਨਹੀਂ ਆਊਗਾ, ਅੱਖਾਂ ਦੀ ਜੋਤ ਨਹੀਂ ਜਾਊਗੀ, ਹੀਅਰਿੰਗ ਲੋਸ ਹੋ ਜਾਂਦਾ ਉਹ ਨਹੀਂ ਹੋਊਗਾ, ਡਿਮੈਂਸ਼ੀਆ, ਡਿਪਰੈਸ਼ਨ, ਜਿੰਨੇ ਤੁਸੀਂ ਗਿਣ ਸਕਦੇ ਨੇ ਬਿਮਾਰੀਆਂ, ਇਹ ਨਾ ਘਿਓ ਖਾਣ ਦਾ ਕਰਕੇ ਹੁੰਦੀਆਂ। ਕਿ ਜਿੰਨੇ ਨਿਊਰੋ ਟਰਾਂਸਮਿਟਰਸ ਹੁੰਦੇ ਆ, ਕਿਸ ਟਾਈਮ 'ਤੇ ਅਸੀਂ ਕਹਿੰਦੇ ਸੀ ਕੋਲੈਸਟਰੋਲ ਮਾੜੀ ਆ, ਅੱਜ ਸਮਝੋ ਕੋਲੈਸਟਰੋਲ ਬਹੁਤ ਹੀ ਜ਼ਰੂਰੀ ਆ। ਕੋਲੈਸਟਰੋਲ ਘਟਾ ਕੇ ਸਗੋਂ ਕਈ ਬਿਮਾਰੀਆਂ ਲੱਗਦੀਆਂ। ਇਹ ਦਿਮਾਗ ਤੋਂ ਲੈ ਕੇ ਇੱਦਾਂ ਹੀ ਅੱਖਾਂ 'ਤੇ ਅਸਰ ਹੁੰਦਾ, ਨਹੀਂ ਖਾਂਦੇ ਅੱਖਾਂ ਨਹੀਂ ਹੋ ਸਕਦਾ, ਮੈਕੂਲਰ ਡੀਜਨਰੇਸ਼ਨ ਹੋ ਜਾਂਦੀ ਹੈ, ਗੁਰਦਿਆਂ 'ਤੇ ਅਸਰ ਹੁੰਦਾ, ਹਾਰਟ 'ਤੇ ਅਸਰ ਹੁੰਦਾ, ਬ੍ਰੇਨ ਡੈਮੇਜ ਹੁੰਦਾ, ਲੱਤਾਂ ਕੱਟਣੀਆਂ ਪੈਂਦੀਆਂ ਸ਼ੂਗਰ ਵਾਸਤੇ, ਗੁਰਦੇ ਖਰਾਬ ਹੁੰਦੇ ਆ ਜਦੋਂ ਅਸੀਂ ਘਿਓ ਨਹੀਂ ਖਾਂਦੇ। ਜੋ ਵੀ ਸਰਪ੍ਰਾਈਜ਼ ਨਾ ਖਾਣ ਦਾ ਕਰਕੇ, ਇਹ ਖਾਓਗੇ ਇਹ ਸਾਰੀਆਂ ਚੀਜ਼ਾਂ ਦਾ ਬਚਾਅ ਹੋਏਗਾ। ਹੁਣ ਜਿੰਨੀਆਂ ਅਲਰਜੀਜ਼ ਹੈ, ਅਲਰਜੀਆਂ ਬੇਸਿਕਲੀ ਫੂਡ ਅਲਰਜੀ ਹੋ ਗਈਆਂ, ਦੂਸਰੀਆਂ ਹੋ ਗਈਆਂ ਹਵਾ 'ਚ, ਇਹ ਵੀ ਤੁਹਾਡੇ ਸਰੀਰ 'ਚ ਤਾਕਤ ਘੱਟ ਹੈ ਲੜਨ ਦੀ ਬਿਮਾਰੀਆਂ ਦੇ ਖਿਲਾਫ, ਇਮਿਊਨਿਟੀ ਨੂੰ ਕਹਿ ਸਕਦੇ ਹਾਂ, ਇਹ ਇਮਿਊਨਿਟੀ ਨੂੰ ਇੰਪਰੂਵ ਕਰਦੀ ਆ। ਘਿਓ ਐਂਟੀ ਇਨਫੈਕਟਿਵ ਹੈ, ਐਂਟੀ ਅਲਰਜਿਕ ਹੈ, ਬਹੁਤ ਵੱਡੀਆਂ ਗੱਲਾਂ। ਅਲਰਜੀ ਸਾਰੀ ਉਮਰ ਖਾਈ ਜਾਓ, ਦਵਾਈਆਂ ਆਰਾਮ ਨਹੀਂ ਹੁੰਦਾ, ਅਤੇ ਇਹ ਬਹੁਤ ਤੇਜ਼ੀ ਨਾਲ ਕਈ ਨਾ ਗੁਰੂ ਪਿਆਰਿਓ ਅਲਰਜੀ ਠੀਕ ਹੋਈ ਬਹੁਤ ਸਾਰੇ ਬੰਦਿਆਂ ਦੀ। ਉਹ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਅੱਜ ਦੁਨੀਆ 'ਚ ਇੱਕ ਬਹੁਤ ਭਿਆਨਕ ਗਿਣੀ ਜਾਂਦੀ ਹੈ, ਇੱਕ ਬਲੱਡ ਪ੍ਰੈਸ਼ਰ ਅਤੇ ਦੂਸਰਾ ਖੂਨ ਦੀਆਂ ਨਾਲੀਆਂ ਦਾ ਬੰਦ ਹੋ ਜਾਣਾ, ਨੈਰੋ ਹੋ ਜਾਣਾ, ਇਹ ਦੋਵੇਂ ਸਾਡੇ ਮੌਤ ਦੇ ਕਾਰਨ ਬਣਦੇ ਆ। ਖੂਨ ਦੀ ਨਾਲੀ ਦਾ ਹਰ ਪਾਸੇ ਜਿੱਥੇ ਬੰਦ ਹੋ ਗਈਆਂ ਉਹ ਡੈਮੇਜ ਹੋ ਜਾਣਾ, ਉਹ ਠੀਕ ਹੋ ਨਹੀਂ ਸਕਦਾ। ਅਤੇ ਗੁਰੂ ਪਿਆਰਿਓ ਇਹ ਗੱਲ ਮੈਨੂੰ ਵੀ ਨਹੀਂ ਸੀ ਪਤਾ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੀ ਘੱਟ ਜਾਊਗਾ ਅਤੇ ਖੂਨ ਦੀਆਂ ਨਾਲੀਆਂ ਵੀ ਖੁੱਲ੍ਹ ਜਾਊਗੀਆਂ, ਕੋਲੈਸਟਰੋਲ ਘੱਟ ਜਾਊਗਾ। ਇਹ ਸਾਡੇ ਵਾਸਤੇ ਪਹਿਲੀ ਦੀ ਗੱਲ ਨਹੀਂ। ਜਿਹਨੂੰ ਕਹੋ ਜੀ ਮੇਰਾ ਕੋਲੈਸਟਰੋਲ ਬਹੁਤ ਵੱਧ ਹੈ ਜੀ, ਮੇਰਾ ਕੋਲੈਸਟਰੋਲ ਵੱਧ ਜਾਊਗਾ ਜੀ, ਮੇਰਾ ਭਾਰ ਵੱਧ ਜਾਊਗਾ ਜੀ, ਹੁੰਦਾ ਕਿ ਘਿਓ ਖਾਣ ਕੇ ਤੁਹਾਡਾ ਭਾਰ ਵੀ ਘਟੂਗਾ, ਕੋਲੈਸਟਰੋਲ ਘੱਟ ਜਾਊਗੀ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਊਗਾ। ਇਹ ਦੁਨੀਆ 'ਚ ਬਹੁਤ ਵੱਡੀਆਂ ਰੋਗਾਂ ਦਾ ਕਾਰਨ ਇਹੋ ਹੀ ਆ। ਅਤੇ ਜੇ ਤੁਹਾਡਾ ਬਲੱਡ ਪ੍ਰੈਸ਼ਰ ਘੱਟ ਜਾਏ, ਕੋਲੈਸਟਰੋਲ ਠੀਕ ਹੋ ਜਾਏ, ਤਾਂ ਮੌਤ ਦੇ ਤਾਂ 50% ਚਾਂਸ ਹੀ ਘੱਟ ਜਾਂਦੇ, ਮਰਨਾ ਥਰ ਕੇ ਨਹੀਂ, ਫਿਰ ਵੀ ਜਦੋਂ ਆਊਗੀ ਮੌਤ ਉਦੋਂ ਮਰਨਾ। ਇਹ ਮੈਂ ਕਿਉਂ ਕਹਿ ਰਿਹਾ, ਕਿਉਂਕਿ ਸਾਡੇ ਕੋਲ ਇਹਦਾ ਸਬੂਤ ਹਨ। ਜਿਹਨਾਂ ਗੁਰੂ ਪਿਆਰ ਨੂੰ ਆਰਾਮ ਆਇਆ, ਭਾਈ ਕੁਲਵੰਤ ਸਿੰਘ ਬੁਢਲਾਡਾ ਤੋਂ, ਜਿਹਨਾਂ ਨੂੰ 9 ਸਾਲ ਬਲੱਡ ਪ੍ਰੈਸ਼ਰ ਬਹੁਤ ਹਾਈ ਰਿਹਾ, ਦਵਾਈਆਂ ਦੇ ਬਾਵਜੂਦ ਵੀ ਆਰਾਮ ਨਹੀਂ ਸੀ ਆਉਂਦਾ, 200/130 ਨਾਲ ਹੁੰਦਾ ਸੀ, ਅਤੇ ਇੱਥੇ ਆਏ ਆ ਅਤੇ 10 ਦਿਨਾਂ 'ਚ ਘਿਓ ਖਾਧਾ ਅਤੇ ਬਲੱਡ ਪ੍ਰੈਸ਼ਰ ਨੋਰਮਲ। ਉਹਦੀ ਵਾਈਫ ਜਸਵਿੰਦਰ ਕੌਰ, ਉਹ ਵੀ ਬੁਢਲਾਡੇ ਤੋਂ ਆਈ ਸੀ, 30 ਚੀਜ਼ਾਂ ਦੇ ਖਾਣ ਦੀਆਂ ਚੀਜ਼ਾਂ ਐਲਰਜੀ ਸੀ, ਉਹ ਵੀ ਬਹੁਤ ਤੇਜ਼ੀ ਨਾਲ ਆਰਾਮ ਆਇਆ ਅਤੇ ਸੋਚ ਨਹੀਂ ਸਕਦਾ, ਕੋਈ ਚੀਜ਼ ਖਾ ਹੀ ਨਹੀਂ ਸਕਦੀ ਸੀ।
ਡਿਪਰੈਸ਼ਨ ਚਲੇ ਗਈ ਸੀ। ਉਹ ਵੀ ਘਿਓ ਖਾਣ ਨਾਲ ਠੀਕ, ਅਸੀਂ ਉਹਨੂੰ ਬੁਲਾਇਆ ਨਹੀਂ ਹੈ ਬਦਲਾਡੇ ਤੋਂ, ਕਈ ਵਾਰ ਉਹ ਸਾਡੀ ਰਿਕਾਰਡਿੰਗ ਹੋ ਚੁੱਕੀ ਆ। ਇੱਦਾਂ ਹੀ ਸਾਡਾ ਕਾਕਾ ਅਮਨਪ੍ਰੀਤ ਹੈ, ਵੀ ਅਮਨਪ੍ਰੀਤ ਆ ਜਾਓ ਇੱਥੇ ਆ ਜਾਓ। ਇਸ ਦਾ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਬਹੁਤ ਵੱਧ ਸੀ, ਅਤੇ ਸੋਚਿਆ 15 ਦਿਨਾਂ 'ਚ ਕੋਈ ਦਵਾਈ ਕੋਲੈਸਟ੍ਰੋਲ ਦਵਾਈ ਖਾਂਦਾ ਸੀ, ਅਤੇ ਕੋਲੈਸਟ੍ਰੋਲ ਦਵਾਈਆਂ ਖਾਣ ਦੇ ਨਾ ਖਾਣ ਦੇ ਬਾਵਜੂਦ 15 ਦਿਨ ਨੋਰਮਲਾਈਜ਼ ਹੋ ਗਿਆ। ਤਾਂ ਇੱਥੇ ਬੈਠ ਜਾਓ। ਕਿੰਨਾ ਤੁਹਾਡਾ ਅਮਨਪ੍ਰੀਤ ਸਿੰਘ ਜੀ? ਉਮਰ ਕਿੰਨੀ ਤੁਹਾਡੀ? 39 ਜੀ। ਯੈਸ, ਹੈ 39 ਸਾਲ। ਅਤੇ ਕਦੋਂ ਤੋਂ ਤੁਹਾਨੂੰ ਕੋਲੈਸਟ੍ਰੋਲ ਦੀ ਦੂਸਰੀ ਪ੍ਰੋਬਲਮ ਸੀ? ਤੁਹਾਨੂੰ ਲਾਸਟ ਈਅਰ ਮੈਂ ਟੈਸਟ ਕਰਾਇਆ ਅਤੇ ਆਪਣਾ ਫੁੱਲ ਬੋਡੀ ਚੈੱਕਅਪ ਵੈਸੇ ਕਰਾਇਆ ਸੀ ਮੈਂ ਤਾਂ ਨੋਰਮਲ, ਅਤੇ ਉਹਦੇ ਟ੍ਰਿਗਲੀਸਰਾਈਡਸ ਜਿਹੜੇ 150 ਚਾਹੀਦੇ ਨੇ, 150 ਨੋਰਮਲ। ਨਹੀਂ ਤੁਸੀਂ ਦੱਸੋ ਵੀ ਤੁਹਾਨੂੰ ਕਿਉਂ ਬਣਦਾ ਕਿ ਇਹ ਛੱਡ ਦਿਓ, ਇਹ 450 ਦੀ। ਤੁਸੀਂ 450 ਤੋਂ ਘਟਿਆ ਕਿੰਨੀ ਦੇਰ 'ਚ ਘਟ ਗਈ? ਇਹ ਵਿਦਇਨ 25 ਡੇਜ਼। ਅਤੇ ਦਵਾਈ ਨਹੀਂ ਖਾਧੀ ਕੋਲੈਸਟ੍ਰੋਲ ਦਵਾਈ ਨਹੀਂ ਖਾਧੀ? ਕਿ ਤੁਹਾਡੀ ਸਿਹਤ 'ਚ ਇੰਪਰੂਵਮੈਂਟ ਹੋਈ ਘਿਓ ਖਾ ਕੇ? ਹਾਂਜੀ, ਐਕਟੀਵਿਟੀ ਕਾਫੀ ਆਈ, ਬੈਟਰ ਹੋ ਗਿਆ, ਦਵਾਈਆਂ ਬੰਦ ਹੋ ਗਈਆਂ। ਹਾਂਜੀ, ਅਤੇ ਖੁਸ਼ ਹੈ ਤੁਸੀਂ? ਹਾਂਜੀ, ਬਹੁਤ ਜ਼ਿਆਦਾ ਜੀ। ਬਸ ਠੀਕ, ਬਸ ਇਹਨਾਂ ਕੁ ਪੁੱਛਣਾ। ਥੈਂਕ ਯੂ ਸੋ ਮਚ। ਸੁਖਮਿੰਦਰ ਸਿੰਘ ਤੁਸੀਂ ਆ ਜਾਓ ਵੀ। ਸੁਖਮਿੰਦਰ ਸਿੰਘ ਨੂੰ ਬਹੁਤ ਫਾਇਦਾ ਹੋਇਆ, ਇਹਦਾ ਕੋਲੈਸਟ੍ਰੋਲ ਹਾਈ ਸੀ। ਸੁਖਮਿੰਦਰ ਸਿੰਘ ਆਪਣੀ ਉਮਰ ਦੱਸ ਦਿਓ। ਗੱਲ ਜੀ, ਹਾਂਜੀ, ਏਜ 47 ਈਅਰਸ। ਹਾਂ, ਅਤੇ ਕਦੋਂ ਤੋਂ ਤੁਹਾਨੂੰ ਕੋਲੈਸਟ੍ਰੋਲ ਹਾਈ ਸੀ? ਅਤੇ ਮੈਨੂੰ 3 ਸਾਲਾਂ ਤੋਂ ਕੋਲੈਸਟ੍ਰੋਲ ਦੀ ਪ੍ਰੋਬਲਮ, ਦਵਾਈ ਖਾਂਦਾ ਸੀ। ਹਾਂਜੀ, ਅਤੇ ਉਹਦੇ ਬਾਵਜੂਦ ਵੀ ਕਦੀ ਨੋਰਮਲ ਨਹੀਂ ਸੀ ਹੋਈ? ਡਾਕਟਰ ਨੇ ਤਾਂ ਕਹਿਤਾ ਸੀ ਵੀ ਆਪਣਾ ਲਾਈਫ ਸਟਾਈਲ ਚੇਂਜ ਕਰੋ, ਘਿਓ ਸਾਰੇ ਬੰਦ ਕਰ ਦਿਓ ਕਹਿੰਦੇ। ਅਤੇ ਹੁਣ ਘਿਓ ਖਾਂਦੇ? ਹੁਣ ਘਿਓ ਬਿਲਕੁਲ, ਦੇਸੀ ਘਿਓ ਬਿਲਕੁਲ ਖਾਈਦਾ ਜੀ। ਅਤੇ ਜਦੋਂ ਤੋਂ ਘਿਓ ਖਾਣਾ ਸ਼ੁਰੂ ਕੀਤਾ ਹੈ, ਦਵਾਈ ਮੈਂ ਪਹਿਲਾਂ ਅੱਧੀ ਕੀਤੀ, ਡਰਦੇ ਆ ਮਰ ਵੀ ਆਖਿਰ ਵੀ ਕਿਧਰੇ ਕੋਈ ਇਫੈਕਟ ਨਾ ਕਰ ਜੇ। ਅਤੇ 1 ਮਹੀਨੇ ਬਾਅਦ ਜਦੋਂ ਮੈਂ ਚੈੱਕ ਕਰਾਇਆ ਤਾਂ ਬਿਲਕੁਲ ਨੋਰਮਲ ਸਨ, ਦਵਾਈ ਬਿਲਕੁਲ ਬੰਦ ਹੈ ਉਹਨਾਂ। ਭਾਈ, ਇਹ ਦੁਨੀਆ ਵਾਸਤੇ ਜਾਗੋ, ਕਿੱਥੇ ਸੁੱਤੇ ਪਏ ਹਾਂ ਅਸੀਂ? ਘਿਓ ਨਹੀਂ ਖਾਣਾ, ਬਲੱਡ ਪ੍ਰੈਸ਼ਰ ਵੱਧੂਗੀ ਸਾਡਾ, ਕੋਲੈਸਟ੍ਰੋਲ ਵੱਧੂਗੀ ਜੀ। ਇਹ ਆਪੋਜ਼ਿਟ ਗੱਲ ਹੈ ਵੀ ਇਹ ਬਹੁਤ। ਥੈਂਕ ਯੂ ਸੋ ਮਚ। ਅਤੇ ਮੈਂ ਭੈਣ ਜੀ ਤੇਜਿੰਦਰ ਕੌਰ ਨੂੰ ਬੇਨਤੀ ਕਰਾਂਗਾ, ਇਹ ਪ੍ਰੋਫੈਸਰ ਹਨ, ਪੜ੍ਹੇ ਲਿਖੇ ਅਤੇ ਕਾਫੀ ਟਾਈਮ 'ਤੇ ਬਹੁਤ ਸੋਹਣਾ ਬੋਲ ਸਕਦੇ ਆ, ਪਰ ਮੈਂ ਕਹਿੰਦਾ ਤੁਸੀਂ ਜੋ ਦੱਸਣਾ ਚਾਹੁੰਦੇ ਘਿਓ ਬਾਰੇ ਉਹ ਦੱਸੋ, ਤਾਂ ਯੂ ਆਰ ਫਰੀ ਟੂ ਟੈਲ। ਉਮਰ ਦੱਸ ਦਿਓ, ਕਦੀ ਕੀ ਪ੍ਰੋਬਲਮ ਸੀ ਤੁਹਾਨੂੰ ਕਾਫੀ ਦੇਰ ਤੋਂ, ਅਤੇ ਕਿੱਦਾਂ ਤੁਹਾਡਾ ਠੀਕ ਹੋਇਆ? ਬਹੁਤ ਹੀ ਖੁਸ਼ੀ। ਵਾਹਿਗੁਰੂ ਜੀ। ਮੇਰੀ ਏਜ 63 ਹੈ ਜੀ, ਅਤੇ ਮੈਨੂੰ 40 ਈਅਰਸ ਦੀ ਏਜ 'ਚ ਹੀ ਬਲੱਡ ਪ੍ਰੈਸ਼ਰ ਡਾਇਗਨੋਸ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਮੈਂ ਡਾਕਟਰਸ ਲੁਧਿਆਣਿਆਂ ਦਾ ਕੋਈ ਐਸੇ ਕਾਰਡੋਲੋਜਿਸਟ ਕੋਈ ਵੀ ਮੈਂ ਡਾਕਟਰ ਨਹੀਂ ਛੱਡਿਆ ਵੀ ਜਿਹਦੇ ਤੋਂ ਮੈਨੂੰ, ਪਰ ਉਹਨਾਂ ਤੋਂ ਮੇਰਾ ਬਲੱਡ ਪ੍ਰੈਸ਼ਰ ਕੰਟਰੋਲ ਨਹੀਂ ਹੋਇਆ। ਔਰ ਈਵਨ ਮੈਨੂੰ ਇਹਨਾਂ ਨੂੰ ਉਹਨਾਂ ਨੂੰ ਕਹਿਣਾ ਪਿਆ ਕਿ ਮੇਰਾ 120-80 ਆਉਣਾ ਹੀ ਨਹੀਂ, ਡਾਕਟਰ ਸਾਹਿਬ ਤੁਸੀਂ ਮੈਨੂੰ ਇੱਦਾਂ ਦੀਆਂ ਦਵਾਈਆਂ ਦਿੰਦੇ ਹੋ ਕਿ ਮੈਂ ਸਗੋਂ ਜ਼ਿਆਦਾ ਬਿਮਾਰ ਹੋ ਗਈ ਹਾਂ। ਫਿਰ ਉਸ ਤੋਂ ਬਾਅਦ ਮੈਨੂੰ ਕਹਿੰਦੇ ਜੀ ਰਿਫਾਈਂਡ ਖਾਓ, ਦੇਸੀ ਘੀ ਨਾ ਖਾਓ, ਪਰ ਮੇਰੀ ਐਗਰੀਕਲਚਰ ਬੈਕਗਰਾਊਂਡ ਹੋਣ ਕਰਕੇ ਸਾਡੇ ਘਰਾਂ 'ਚ ਦੇਸੀ ਘੀ ਬਹੁਤ ਚੱਲਦਾ ਸੀ, ਅਤੇ ਮੈਨੂੰ ਥੋੜ੍ਹੀ ਮੁਸ਼ਕਲ ਵੀ ਹੋਈ ਉਹ 'ਚ ਘੀ ਛੱਡਦਾ, ਪਰ ਜਿੱਦਾਂ ਹੁਣ ਡਾਕਟਰਸ ਕਹਿਣ ਉਹਨੂੰ ਬਣ। ਪਰ ਥੋੜ੍ਹੀ ਦੇਰ ਬਾਅਦ ਹੀ ਮੈਂ ਸੋਚਿਆ ਕਿ ਮੇਰੇ ਤਾਂ ਜਿਵੇਂ ਸਿਰ 'ਚ ਦਰਦ ਹੁੰਦੀ ਹੈ, ਮੇਰੇ ਕੰਨਾਂ 'ਚ ਖੁਸ਼ਕੀ ਹੁੰਦੀ ਹੈ, ਮੈਂ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਮੈਂ ਥੋੜ੍ਹਾ ਘੀ ਖਾਣਾ ਛੱਡਦਾ। ਪਰ ਜਦੋਂ ਦੀ ਮੈਂ ਮਿਸ਼ਨ ਨਾਲ ਜੁੜੀ ਹਾਂ, ਉਸ ਤੋਂ ਬਾਅਦ ਤਾਂ ਮੈਂ ਆਪਣੇ ਘਰ 'ਚ ਰਿਫਾਈਂਡ ਲਿਆਂਦਾ ਹੀ ਨਹੀਂ, ਸਾਰਾ ਦੇਸੀ, ਅਤੇ ਹੁਣ ਮੇਰਾ ਬਲੱਡ ਪ੍ਰੈਸ਼ਰ ਜਿਹੜਾ ਇਸ ਟਾਈਮ ਹੈ 160-90 ਤੋਂ ਵੱਧ ਕਦੇ ਵੀ ਨਹੀਂ ਹੋਇਆ ਜੀ, ਮੈਂ ਬਿਲਕੁਲ ਠੀਕ ਹਾਂ। ਔਰ ਸੈਕਿੰਡ ਚੀਜ਼ ਮੈਂ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਤਾਂ ਜਿਹੜੀ ਹੈ ਸੋ ਹੈ, ਉਸ ਤੋਂ ਬਾਅਦ ਦੇਸੀ ਘੀ ਦੀ ਜਿਹੜੀ ਸਬਜ਼ੀ ਬਣਦੀ ਆ, ਜੋ ਚੀਜ਼ ਬਣਦੀ ਆ, ਉਹਦਾ ਟੇਸਟ ਦੂਜੇ ਦੇ ਟੇਸਟ ਬਹੁਤ ਫਰਕ ਹੈ। ਉਹ ਸਾਨੂੰ ਪੂਰਾ ਭੁੱਖ ਲੱਗਣ ਹੀ ਨਹੀਂ ਦਿੰਦੇ, ਅਤੇ ਸਾਡਾ ਬਾਰ ਬਾਰ ਖਾਣ ਨੂੰ। ਦੱਸੋ ਦੇਸੀ ਘਿਓ ਖਾ ਕੇ ਬਾਕੀ ਤੁਹਾਡਾ ਭਾਰ ਘਟਿਆ ਕਿ ਵਧਿਆ? ਮੈਂ ਭਾਰ ਦੀ ਸਿਹਤ ਚੰਗੀ ਹੋਈ? ਬਸ ਸ਼ੋਰਟ ਜੀ ਗੱਲ ਕਰ ਲਓ। ਭਾਰ ਮੇਰੀ ਬੇਟੀ ਦਾ ਜੀ, ਮੈਂ ਉਹਦੀ ਮੈਂ ਹੀ ਡਾਇਟ ਕੰਟਰੋਲ ਕੀਤੀ, ਮੈਂ ਘਰ 'ਚ ਹੁਣ ਤੁਹਾਨੂੰ ਦੱਸਿਆ ਮੈਂ ਵਾੜੇ, ਉਹਦਾ ਵੇਟ ਬੜਾ ਘੱਟ ਗਿਆ ਜੀ ਉਸ ਤੋਂ ਬਾਅਦ, ਮੈਂ ਆਪਣੇ ਬੜਾ, ਅਤੇ ਉਹ ਐਕਟਿਵ ਵੀ ਹੋ ਗਈ ਹੈ ਔਰ ਵੇਟ ਵੀ ਘੱਟ ਗਿਆ। ਸੋ ਹਾਂ, ਵੇਟ ਘੱਟ ਗਿਆ ਵੀ, ਉਹ ਤਾਂ ਹੁਣ ਮਾਸਟਰ ਜੀ ਵੀ ਉਹਦੇ ਗਵਾਹ ਹੈ। ਹੁਣ ਲੋਕ ਕਹਿੰਦੇ ਜੀ ਘਿਓ ਖਾ ਕੇ ਬੀਬੀ ਆਉਂਦੀਆਂ, ਘਿਓ ਖਾਣਾ ਜੀ, ਮੇਰਾ ਭਾਰ ਵੱਧ ਜੂਗਾ ਜੀ, ਮੇਰਾ ਬਲੱਡ ਵੱਧ ਜੂਗਾ ਜੀ, ਕੋਲੈਸਟ੍ਰੋਲ ਵੱਧ ਜੂਗਾ ਜੀ। ਇਹ ਤੁਹਾਡੇ ਸਾਰੀਆਂ ਗੱਲਾਂ ਦਾ ਜਵਾਬ ਹੁਣ ਮਿਲ ਰਿਹਾ ਗੁਰੂ ਪਿਆਰਿਓ, ਇਹ ਇੱਥੇ ਵਾਸਤੇ ਜੋ ਸੁਣ ਰਹੇ ਨੇ ਬਾਹਰ, ਭਾਰ ਵੀ ਘੱਟਦਾ, ਕੋਲੈਸਟ੍ਰੋਲ ਵੀ ਘੱਟਦੀ, ਬਲੱਡ ਪ੍ਰੈਸ਼ਰ ਠੀਕ ਹੁੰਦਾ, ਤੁਹਾਨੂੰ ਚਾਹੀਦਾ ਕੀ ਆ? ਡਾਕਟਰ ਗੇੜੇ ਘਿਓ ਨਾ ਖਾਓ, ਗਾਡਾ ਗੇੜੇ ਕੱਢੀ ਜਾਓ, ਦਿਸ ਇਜ਼ ਯੋਰ ਚੋਇਸ। ਬਿਲਕੁਲ ਜੀ, ਗੇੜੇ ਹੀ ਕੱਢਣੇ ਪੈਂਦੇ, ਹੋਰ ਕੁਛ ਨਹੀਂ ਹੁੰਦਾ ਉਸ ਲਾਈਫ ਸਟਾਈਲ ਨਾਲ ਚੇਂਜ। ਅਸੀਂ ਡਾਕਟਰ ਬੈਠੇ ਔਰ ਡਾਕਟਰ ਸਾਹਿਬ ਬੈਠੇ, ਮੈਂ ਵੀ ਬੈਠਾ, ਪਰ ਸਾਨੂੰ ਮਿਲਣ ਦੀ ਲੋੜ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਦਾਂ ਬੀਬੀ ਮਨਦੀਪ ਕੌਰ ਜਿਹੜੇ ਤੁਰ ਕੇ, ਇਹਨਾਂ ਦੇ ਪੈਰ 'ਤੇ ਜ਼ਖਮ ਸੀ, ਹੈਰਾਨੀ ਦੀ ਗੱਲ ਹੈ ਕਿ ਐਂਟੀ ਇਨਫੈਕਟਿਵ ਪ੍ਰੋਪਰਟੀਜ਼ ਇਹ ਬਹੁਤ ਦੇਖਿਆ। ਇੱਥੇ ਜਟਾਂ ਬੱਚੇ ਦੇ ਹੋਈਆਂ ਸੀ, ਐਲਰਜੀ ਦੀ ਹੁੰਦੀ ਆ, ਇਨਫੈਕਸ਼ਨ ਹੋ ਜਾਂਦੀ ਸਿਰ 'ਚ, ਅਤੇ ਮੈਂ ਕਿਹਾ ਹਫ਼ਤਾ ਘਿਓ ਲਾਓ, ਹਫ਼ਤੇ ਦੇ ਵਿੱਚ ਬਿਲਕੁਲ ਵਾਰ ਸਾਫ਼ ਹੋ ਗਏ। ਡੈਂਡਰਫ ਹੁੰਦੀ ਜਿਹਨੂੰ ਸਿਕਰੀ ਕਹਿੰਦੇ ਆ, ਇਨਫੈਕਸ਼ਨ ਹੋ ਜਾਂਦੀ, ਆਰਾਮ ਨਹੀਂ ਆਉਂਦਾ। ਇਹਦਾ ਬੱਚੀ ਦੇ ਅਗਸਤ ਵਿੱਚ ਸੱਟ ਲੱਗੀ, ਕੱਚ ਚੁੱਭ ਗਿਆ, ਅਤੇ ਮੈਂ ਉਦੋਂ ਇੱਥੇ ਸੀ,
ਤੇ ਮੈਂ ਕਿਹਾ ਵੀ ਤੁਸੀਂ ਹੁਣ ਪੱਟੀਆਂ ਕਰਾ ਚੁੱਕੀ ਹਸਪਤਾਲ ਦੀਆਂ ਤੇ ਤੁਸੀਂ ਬਈ ਕਿੰਨੀ ਤੁਹਾਡੀ ਉਮਰ ਹੈ ਮਨਦੀਪ ਕੌਰ? 39 ਸਾਲ ਦੀ। ਹਾਂਜੀ 39 39 ਅੱਗੇ ਹੋ ਜਾ। ਹਾਂ ਤੇ ਤੁਸੀਂ ਘਿਓ ਕਦੋਂ ਤੋਂ ਲਾ ਕੇ ਪੱਟੀ ਕਰਦੇ ਆ? ਪਹਿਲੇ ਕਿੰਨੀ ਦੇਰ ਬਾਹਰੋਂ ਕਰਾਈ ਹੈ ਤੇ ਘਿਓ ਲਾ ਕੇ ਕੀ ਫਾਇਦਾ ਹੋਇਆ ਤੁਹਾਨੂੰ? 4-5 ਮਹੀਨੇ ਬਾਹਰੋਂ ਕਰਦੇ ਰਹੇ ਹੋਸਪਿਟਲ 'ਚ ਹੀ। ਉਹਦਾ ਕਿੰਨਾ ਗ੍ਰਾਮ ਆਇਆ ਜੀ? ਫਰਕ ਨਹੀਂ ਪਿਆ ਸੀਗਾ, ਉਲਟਾ ਡਾਕਟਰ ਕਹਿੰਦੇ ਸੀ ਅੰਗੂਠਾ ਕੱਟਣਾ ਪੈ ਸਕਦਾ ਪੈਰ ਦਾ। ਹੁਣ ਅੰਗੂਠਾ ਨਹੀਂ ਕੱਟਣਾ ਪੈਂਦਾ, ਘਿਓ ਖਾ ਕੇ ਅੰਗੂਠਾ ਜੁੜ ਗਿਆ? ਨਹੀਂ, ਘਿਓ ਲਗਾ ਕੇ ਜੀ ਪੱਟੀ ਕਰਦੀ ਸੀ, ਤੁਸੀਂ ਕਿਹਾ ਸੀਗਾ। ਚਲੋ ਇਸ ਬੱਚੇ ਨੂੰ ਬਹੁਤ ਫਾਇਦਾ ਹੋਇਆ ਘਿਓ ਖਾ ਕੇ। ਇਕੱਲੀ ਨਹੀਂ ਹੈ, ਹੋਰ ਬੀਬੀ ਆਈ ਸੀ, ਉਹਦਾ ਬੀਬੀ ਸੁਰਜੀਤ ਕੌਰ ਬੇਦੀ ਆਈ ਹੈ? ਉਹ ਨਹੀਂ ਆਈ ਹੈ? ਅਮਰੀਕ ਸਿੰਘ ਬੇਦੀ ਆਉਂਦੇ ਹੁੰਦੇ ਡੇਲੀ? ਹਾਂਜੀ ਆਏ ਹੋਏ ਆ, ਦਰਸ਼ਨ ਕਰਦੇ ਫਟਾਫਟ। ਹਾਂ ਉਹਦੇ ਵੀ ਪੈਰ 'ਤੇ ਲੱਤ 'ਤੇ ਬਹੁਤ ਵੱਡਾ ਜ਼ਖਮ ਸੀ ਪੈਰ 'ਤੇ, ਉਹਦੇ ਵੀ ਘਿਓ ਲਾ ਕੇ ਠੀਕ ਹੋਇਆ। ਤੁਸੀਂ ਸੋਚ ਕੇ ਹੈਰਾਨ ਵੀ ਡਾਕਟਰ ਕਿ ਦੇਸੀ ਘਿਓ ਵੇਚਦਾ। ਆਹ ਬੀਬੀ ਆ, ਇਹਦੇ ਪੈਰ ਦੀ ਬਹੁਤ ਬੁਰੀ ਹਾਲ ਸੀ, ਬਹੁਤ ਬੁਰੀ ਹਾਲ ਸੀ, ਇਹ ਵੀ ਠੀਕ ਹੋਈ ਗੁਰੂ ਪਿਆਰੇ ਹੋ। ਹਾਂਜੀ ਇਹ ਤੋਂ ਬਾਅਦ ਬਲਬੀਰ ਸਿੰਘ ਆਏ। ਹਾਂ ਦੱਸ, ਪੈਰ ਦਾ ਕੀ ਸੀ ਤਕਲੀਫ, ਕੀ ਕਦੋਂ ਸੀ ਹੋਈ ਤੁਹਾਨੂੰ ਅਤੇ ਕਿੰਨੀ ਦੇਰ? 3-4 ਸਾਲ ਵਿੱਚ ਮੇਰੇ ਪੈਰ 'ਤੇ ਜ਼ਖਮ ਹੋਇਆ ਸੀ ਅਤੇ ਠੀਕ ਨਹੀਂ ਹੁੰਦਾ ਸੀ, ਕਈ ਡਾਕਟਰ ਬਦਲੇ, ਕਈ ਹਸਪਤਾਲ ਬਦਲੇ, ਫਿਰ ਤਾਂ ਕਿਸੇ ਨੇ ਕਿਹਾ ਇੱਥੇ ਆਏ ਅਤੇ ਤੁਸੀਂ ਕਿਹਾ ਸੀ ਦੇਸੀ ਘਿਓ ਲਾਓ ਅਤੇ ਠੀਕ ਹੋ ਜਾਏਗਾ। ਦੇਸੀ ਲਾਇਆ, ਉਹ ਜਲਦੀ ਠੀਕ ਹੋ ਗਿਆ? ਹਾਂਜੀ ਠੀਕ, ਬਿਲਕੁਲ ਠੀਕ ਹੋ ਗਿਆ। ਉਹ ਭਾਜ ਵੀ ਠੀਕ ਹੈ, ਅਮਰੀਕ ਸਿੰਘ ਬੇਦੀ ਵੀ ਠੀਕ ਹੈ। ਥੈਂਕ ਯੂ ਸੋ ਮਚ। ਮੈਂ ਆਪਣੇ ਵੀਰ ਸਰਦਾਰਨਜੀਤ ਸਿੰਘ ਚੜ੍ਹਾ ਜੀ ਨੂੰ ਬੇਨਤੀ ਕਰਾਂਗਾ, ਇਹ ਵੀ ਕੁਛ ਜੋ ਇਹਨਾਂ ਨੂੰ ਫਾਇਦਾ ਹੋਇਆ ਦੱਸਣ। ਇਹਨਾਂ ਕੋਲੈਸਟ੍ਰੋਲ ਦਵਾਈ ਦੇ ਬਾਵਜੂਦ ਨਹੀਂ ਸੀ ਘੱਟਦੀ, ਜਿਹੜੀ ਘੱਟ ਗਈ। ਹਾਂਜੀ ਰਣਜੀਤ ਸਿੰਘ ਚੜ੍ਹਾ ਜੀ, ਆਪਣੀ ਉਮਰ ਦੱਸ ਦਿਓ ਕਿੰਨੀ ਹੈ? ਮੇਰੀ ਉਮਰ ਇਸ ਟਾਈਮ 68 ਸਾਲ ਹੈ। ਮੈਨੂੰ ਤਕਰੀਬਨ 60 ਸਾਲ ਤੋਂ ਬਾਅਦ ਟ੍ਰਾਈਗਲਿਸਰਾਈਡ ਅਤੇ ਮੇਰੇ ਕੋਲੈਸਟ੍ਰੋਲ ਦੀ ਪ੍ਰੋਬਲਮ ਸੀ, 250 ਤੋਂ 300 ਦੇ ਕਰੀਬ ਰਹਿੰਦੇ ਸੀ। ਡਾਕਟਰ ਸਾਹਿਬ ਨੇ ਜਦੋਂ ਦਾ ਕਿਹਾ ਦੇਸੀ ਘਿਓ ਅਸੀਂ ਖਾਣਾ ਸ਼ੁਰੂ ਕੀਤਾ, ਹੁਣ ਕੋਲੈਸਟ੍ਰੋਲ ਸਾਡਾ 150 ਟ੍ਰਾਈਗਲਿਸਰਾਈਡ ਵੀ ਅੰਡਰ ਕੰਟਰੋਲ ਹੈ, ਭਾਰ ਵੀ ਘੱਟ ਗਿਆ, ਭਾਰ ਵੀ ਥੋੜ੍ਹਾ ਘੱਟ ਗਿਆ, ਐਕਟਿਵ ਵੀ ਹੋ ਗਿਆ, ਜਵਾਨ ਵੀ ਹੋ ਗਿਆ। ਬਹੁਤ ਬਹੁਤ ਧੰਨਵਾਦ। ਮੈਂ ਸਾਡੇ ਚੀਫ ਇੰਜੀਨੀਅਰ ਸਾਹਿਬ ਕਮਲਿੰਦਰ ਸਿੰਘ ਜੀ, ਜਿਹੜੇ ਨੇਵੀ 'ਚੋਂ ਰਿਟਾਇਰਡ ਹੋਏ ਨੇ ਚੀਫ ਇੰਜੀਨੀਅਰ, ਅਤੇ ਦਵਾਈਆਂ ਮੁਫਤ ਮਿਲਦੀਆਂ ਅਤੇ ਦਵਾਈਆਂ ਅਸੀਂ ਬੰਦ ਕਰਾਤੀਆਂ ਬਲੱਡ ਪ੍ਰੈਸ਼ਰ ਦੀਆਂ। ਬਲੱਡ ਪ੍ਰੈਸ਼ਰ ਕਿੰਨੇ ਸਾਲਾਂ ਤੋਂ ਸੀ? ਬ੍ਰਿਗੇਡ ਸਾਹਿਬ ਆਪਣਾ ਨਾਂ ਤਾਂ ਤੁਹਾਡਾ ਕਮਲਿੰਦਰ ਸਿੰਘ ਹੈ, ਉਮਰ ਦੱਸ ਦਿਓ ਕਦੋਂ ਤੋਂ ਕੀ ਤਕਲੀਫ ਸੀ ਬਲੱਡ ਪ੍ਰੈਸ਼ਰ ਜੀ ਦਾ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਉਮਰ 66 ਸਾਲ ਹੈਗੀ, ਰਿਟਾਇਰਡ ਚੀਫ ਇੰਜੀਨੀਅਰ, ਅਤੇ ਬੀਪੀ ਦੀ ਪ੍ਰੋਬਲਮ ਸੀ 15-20 ਸਾਲਾਂ ਤੋਂ, ਮੈਂ ਦਵਾਈ ਲੈ ਰਿਹਾ ਸੀ ਰੈਗੂਲਰ, ਅਤੇ ਜਦ ਤੱਕ ਘਿਓ ਖਾਣਾ ਸ਼ੁਰੂ ਕੀਤਾ ਬੰਦ ਹੋ ਗਈ ਦਵਾਈ, ਡਾਕਟਰ ਨੇ ਬੰਦ ਕੀਤੀ। ਡਾਕਟਰ ਨੂੰ ਦਿਖਾਉਣ ਗਿਆ ਸੀ ਵੈਸੇ ਚੈੱਕਅਪ, ਅਤੇ ਕਹਿੰਦਾ ਤੁਹਾਨੂੰ ਬੀਪੀ ਦੀ ਲੋੜ ਨਹੀਂ ਹੈਗੀ, ਹੁਣ 120-80 ਨੋਰਮਲੀ ਰਹਿੰਦੇ, 130 ਜਵਾਨ ਹੋ ਗਿਆ ਸੀ, ਜਵਾਨ ਹੋ ਗਿਆ। ਹਾਂਜੀ, ਅਤੇ ਕਦੀ ਹੁੰਦਾ ਵੀ ਇਸ ਉਮਰ 'ਚ ਅਸੀਂ ਕਹਿੰਦੇ ਜੇ ਜੋ ਉਮਰ ਵੱਧ ਗਈ ਬਲੱਡ ਪ੍ਰੈਸ਼ਰ ਵਧੂਗਾ, ਅਤੇ ਘੱਟ ਗਿਆ? ਨਾ ਕੇਵਲ ਘਟਿਆ, 50 ਹੋਰ ਬਿਮਾਰੀ ਲੱਗ ਸਕਦੀ, ਏਜ ਰਿਲੇਟਡ ਨਹੀਂ ਲੱਗਣਗੀਆਂ। ਬਹੁਤ ਵੱਡੀ ਗੱਲ ਹੈ, ਬਹੁਤ ਛੋਟੀ ਜਿਹੀ ਗੱਲ ਨਹੀਂ। ਆਪਾਂ ਸਭ ਬਲੱਡ ਪ੍ਰੈਸ਼ਰ ਘੱਟ ਗਿਆ, ਬਲੱਡ ਪ੍ਰੈਸ਼ਰ ਨਾਲ ਹੋਰ ਸਾਰੀਆਂ ਸੰਬੰਧਿਤ ਬਿਮਾਰੀਆਂ ਨਹੀਂ ਲੱਗਣਗੀਆਂ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇਸ ਟਾਈਮ ਸਪੇਅਰ ਕਰਕੇ ਇਹ ਆਪਣੇ ਬਾਰੇ ਦੱਸਿਆ। ਇੱਦਾਂ ਬੀਬੀ ਪਰਮਜੀਤ ਕੌਰ, ਇਹਨਾਂ ਦੀ ਬੈਕ ਇੱਕ ਬਹੁਤ ਪ੍ਰੋਬਲਮ ਸੀ, ਉੱਠ ਬੈਠਣਾ ਮੁਸ਼ਕਲ ਸੀ ਕਰਕੇ ਮੈਨੂੰ ਜੋੜਾਂ 'ਚ ਦਰਦ ਰਹਿੰਦੀ ਸੀ, ਲੱਤਾਂ 'ਚ ਪੀੜ, ਸ਼ੋਲਡਰ 'ਚ ਪੀੜ, ਅਤੇ ਸਰਵਾਈਕਲ ਦੀ ਵੀ ਸੀਗੀ ਪ੍ਰੋਬਲਮ, ਉੱਠਣ ਲੱਗਿਆ ਮੋਢੇ ਬਹੁਤ ਜ਼ਿਆਦਾ ਦਰਦ ਕਰ। 1 ਮਹੀਨਾ ਲਗਾਤਾਰ ਦੇਸੀ ਘਿਓ ਖਾਣ ਤੋਂ ਬਾਅਦ ਮੇਰੀਆਂ ਸਾਰੀਆਂ ਪ੍ਰੋਬਲਮਸ ਦੂਰ ਹੋ ਗਈਆਂ। 1 ਮਹੀਨਾ ਖਾਧਾ, ਬਾਅਦ ਨਹੀਂ ਖਾਧਾ? ਨਹੀਂ, ਮੈਂ ਖਾਂਦੀ ਹਾਂ, ਲਗਾਤਾਰ ਖਾਂਦੀ ਹਾਂ, ਉਸ ਤੋਂ ਬਾਅਦ ਸਤੰਬਰ ਕੈਂਪ ਤੋਂ ਬਾਅਦ ਲਗਾਤਾਰ। ਬੇਟੀ ਨੂੰ ਵੀ, ਇਹਨਾਂ ਦੀ ਬੇਟੀ ਨੂੰ ਵੀ ਬਹੁਤ ਹੀ ਖਤਰਨਾਕ ਇਨਕਿਓਰ ਬਿਮਾਰੀ ITP, ਇਡੀਓਪੈਥਿਕ ਥ੍ਰੋਮਬੋਸਾਈਟਿਕ ਪਰਪਰਾ। ਹਾਂਜੀ ਸਰ, ਇਹਦਾ ਇਲਾਜ ਦੁਨੀਆਂ 'ਚ ਹੈ ਨਹੀਂ ਕਦੇ ਵੀ, ਐਂਡ ਸ਼ੀ ਇਜ਼ ਡੂਇੰਗ ਬੈਟਰ, ਅਤੇ ਸਮਥਿੰਗ ਸਰਪ੍ਰਾਈਜ਼ਿੰਗ ਜਿਹਨੂੰ ਡਾਕਟਰ ਤੋਂ ਤੁਹਾਨੂੰ ਪਤਾ ਹੈ, ਬਲੱਡ ਟ੍ਰਾਂਸਫਿਊਜ਼ਨ ਦੇਣੀ ਪੈਂਦੀ, ਪਲੇਟਲੈਟਸ ਦੇਣੀ ਪੈਂਦੀ ਹੈ। ਦੇਰ ਇਜ਼ ਨੋ ਟ੍ਰੀਟਮੈਂਟ, ਬਲੀਡਿੰਗ ਹੋ ਜਾਂਦੀ ਸਾਰੇ ਸਰੀਰ 'ਚੋਂ। ਪਰਮਾਤਮਾ ਬੜੀ ਇਹ ਗੁਰੂ ਸਾਹਿਬ ਨੇ ਕਿਰਪਾ ਦੀ, ਇਹ ਜੇ ਘਿਓ ਦੀ ਗੱਲ ਤਾਂ ਗੁਰੂ ਸਾਹਿਬ ਦੀ ਕਿਰਪਾ ਹੀ ਹੈ, ਇਹ ਕੋਈ ਸਾਡੀ ਵਡਿਆਈ ਨਹੀਂ ਹੈ, ਬਹੁਤ ਵੱਡੀ। ਹਾਂਜੀ ਸਰ, ਉਹਦਾ ਇਮਿਊਨਿਟੀ ਸਿਸਟਮ ਸਟਰੋਂਗ ਹੋ ਗਿਆ, ਪਲੇਟਲੈਟ ਵੀ ਸਟੇਬਲ ਰਹਿਣੇ ਸ਼ੁਰੂ ਹੋ ਗਏ ਆ, 1 ਲੱਖ ਤੋਂ ਉੱਪਰ ਰਹਿੰਦੇ ਆ। ਵੈਰੀ ਗੁੱਡ। ਔਰ ਮੇਰੇ ਵੀ ਹੁਣ ਪੇਨਸ ਨਹੀਂ ਹੁੰਦੀਆਂ, ਮੈਂ ਕੋਈ ਵੀ 4-5 ਮਹੀਨਿਆਂ ਤੋਂ ਕੋਈ ਮੈਡੀਸਨ ਨਹੀਂ ਲਿੱਤੀ ਪੇਨ ਵਾਸਤੇ ਵੀ। ਥੈਂਕ ਯੂ। ਹਾਂ ਬਲਬੀਰ ਸਿੰਘ ਆਏ। ਵਾਹਿਗੁਰੂ ਜੀ ਕੀ ਫਤਿਹ। ਹਾਂ ਅਮਰਜੀਤ ਕੌਰ ਭੈਣ ਜੀ ਆਓ ਜੀ। ਹਾਂਜੀ, ਤੁਹਾਡੀ ਉਮਰ ਕਿੰਨੀ ਹੈ? ਹਾਂਜੀ ਅਮਰਜੀਤ ਕੌਰ ਜੀ, 67 ਸਾਲ। 67 ਸਾਲ,
ਤੇ ਪਹਿਲੇ ਤੁਹਾਡਾ ਬਲੱਡ ਪ੍ਰੈਸ਼ਰ ਕਿੰਨਾ ਰਹਿੰਦਾ ਸੀ ਤੇ ਹੁਣ ਕਿੰਨਾ? ਮੇਰਾ ਬਲੱਡ ਪ੍ਰੈਸ਼ਰ 6 ਸੀ, ਮੈਨੂੰ ਨਾ ਸਿਰਫ ਜੇ ਪ੍ਰੋਬਲਮ ਸੀ, ਮੈਨੂੰ ਹੱਡੀਆਂ ਮੇਰੇ ਦਰਦਾਂ ਜੋੜਾਂ 'ਚ ਬਹੁਤ ਦਰਦ ਆਉਂਦੀ ਸੀ। ਮੈਂ ਜਦੋਂ ਤੁਹਾਡਾ ਕੋਲੈਸਟਰੋਲ ਵੀ ਘੱਟ ਗਿਆ, ਕੋਲੈਸਟਰੋਲ ਤਾਂ ਮੇਰਾ ਹੁਣ ਮੈਂ ਕਰਵਾਇਆ, ਮੇਰਾ 148 ਆਇਆ ਹੈਗਾ। ਪਹਿਲੇ ਵੱਧ ਸੀ? ਪਹਿਲੇ ਕਰਾਂਦੀ ਸੀ 200 ਤੋਂ ਥੱਲੇ ਥੱਲੇ ਆਉਂਦਾ ਸੀ, ਫੰਗਸ ਠੀਕ ਹੁੰਦੀ ਹੈ, ਮਾਈਗ੍ਰੇਨ ਠੀਕ ਹੁੰਦੀ ਹੈ, ਸਕਿਨ ਸੋਫਟ ਹੁੰਦੀ ਹੈ, ਵਾਲਾਂ 'ਚ ਜਿਹੜਾ ਹੈਗਾ ਨਾ ਉਹ ਵੀ ਲੋਕੀ ਜੇ ਥਿੰਦਾ ਹੁੰਦਾ, ਥਿੰਦੇ ਕਰਕੇ ਜਿਹੜਾ ਹੈਗਾ ਤੁਹਾਡਾ ਸਕਿਨ ਵੀ ਸੋਫਟ ਹੁੰਦੀ ਹੈ ਅਤੇ ਤੁਹਾਡੇ ਵਾਲ 'ਤੇ। ਸਭ ਤੋਂ ਵੱਡੀ ਗੱਲ, ਜਿੰਨੀ ਦੇਰ ਮਰਜ਼ੀ ਅਸੀਂ ਤੁਹਾਨੂੰ ਰੱਖੋ ਤੁਸੀਂ ਖਰਾਬ ਨਹੀਂ ਹੁੰਦਾ, ਅਤੇ ਨਾਲ ਐਂਟੀ ਆਕਸੀਡੈਂਟ ਹੁੰਦੇ ਨੇ ਜਿਹਦੇ ਨਾਲ ਜਿਹੜੀ ਹੈਗੀ ਨਾ ਇਹਦੇ 'ਚ ਵਿਟਾਮਿਨ K2 ਹੁੰਦਾ ਜਿਹੜਾ ਤੁਹਾਡੇ ਸਰੀਰ 'ਚ ਕੈਲਸ਼ੀਅਮ ਨੂੰ ਹੱਡੀਆਂ ਤੱਕ ਪਹੁੰਚਾਉਂਦਾ ਹੈਗਾ। ਡੀ ਈ ਕੇ ਵਿਟਾਮਿਨਸ ਹੁੰਦੇ ਆ ਇਹ ਬਿਲਕੁਲ ਲੈ ਕੇ ਜਾਂਦੇ ਆ K2 ਜਿਹਦਾ ਜਿਸ ਦਾ ਹੱਡ ਜਦੋਂ ਵੀ ਸਾਡਾ ਕੈਲਸ਼ੀਅਮ ਹੈ ਨਾ ਸਾਡਾ ਉਹਨੂੰ ਇਹ ਹੱਡੀਆਂ ਤੱਕ ਪਹੁੰਚਾਉਣ 'ਚ ਕੈਲਸ਼ੀਅਮ। ਥੈਂਕ ਯੂ ਭੈਣ ਜੀ, ਥੈਂਕ ਯੂ ਸੋ ਮਚ।